इसका क्वाड्रिलेटरल चतुर्भुज है ना, क्वाड्रिलेटरल। ऐसा सही आंसर कर दो। क्वेश्चन नंबर 5, क्वेश्चन जो भी थर्ड कोनी आकृति या जो भी फिगर दी गई है ओदे विचो पहला आपा जो भी होने ज्यादा स्टेटमेंट दे विच जो भी लिखे है ओनु आपा गिवन करके या दित्ता है दी फॉर्म दे विच आपा सारा कुछ लिख लेंदे आ। ए बी सी डी की अपने को वड्डी चतुर्भुज है पर ओदे विच की है कि ए बी ते पॉइंट केड़ा आंदा पी बी ते सी ते केड़ा आंदा क्यू एन सी डी ते आ देन ए डी ते एस पॉइंट आपा आपको लिखे इधर सिर्फ पॉइंट लिखे ने बिंदु लिखे आपा इधर लिखे मध्य बिंदु क्यों केड़ियां केड़ियां भुजावां नु बराबर दो हिस्से में वंडदे आ मध्य बिंदु दा मतलब ए आ ठीक है हुण ए बी आ ठीक है मध्य बिंदु ए बी दा ਇਹਦਾ ਮਤਲਬ ਕਿ p ਇਹਦਾ ਦੋਵਾਂ ਦੇ ਵਿਚਕਾਰ ਆਂਦਾ ਇਹਨੂੰ ਦੋ ਭਾਗਾਂ ਵਿੱਚ ਡਿਵਾਈਡ ਕਰਦਾ ਕਿਹੜੇ-ਕਿਹੜੇ ਭਾਗ ab ਹਾਂ ਇਹਦੇ ਵਿੱਚ ਕੀ ਹੋ ਗਿਆ ਆਪਣੇ ਕੋਲ ap ਬਰਾਬਰ ਕਿਹਦੇ ਹੋ ਜਾਊਗਾ pb ਦੇ ਠੀਕ ਆ ਇਹਦੇ ਵਿੱਚ ਕੀ ਹੋ ਜਾਊਗਾ ਆਪਣੇ ਕੋਲ b q ਬਰਾਬਰ ਕਿਹਦੇ ਹੋ ਜਾਊਗਾ cq ਜਾਂ qc ਕੁਝ ਵੀ ਲਿਖ ਸਕਦੇ ਆ ਦੈਨ ਆਪਣੇ ਕੋਲ rc ਤੇ rd ਫਿਰ ਆਂਦਾ ਆਪਣੇ ਕੋਲ as ਬਰਾਬਰ fd ਆ ਡਿਵਾਈਡ ਹੋ ਜਾਂਦੇ ਮੱਧ ਬਿੰਦੂ ਦੀ ਇਹ ਚੀਜ਼ ਯਾਦ ਰੱਖਣੀ ਜਦੋਂ ਤੁਸੀਂ ਮੱਧ ਬਿੰਦੂ ਦੀ ਲਾਈਨ ਲਿਖਦੇ ਹੋ ਤਾਂ ਤੁਸੀਂ ਨੈਕਸਟ ਸਟੈਪ ਆਪਣਾ ਇਹ ਲਿਖ ਸਕਦੇ ਆ ਠੀਕ ਆ ਮੈਂ ਇੱਥੇ ਗਲਤ ਕੁਝ ਨਹੀਂ ਹੁੰਦਾ ਮੈਂ ਜੋ ਤੁਸੀਂ ਲਿਖ ਰਹੇ ਹੋ ਉਹਨੂੰ ਲਿਖੀ ਜਾਓ ਅੱਗੇ ਤੋਂ ਅੱਗੇ ਉਹਦੇ ਮਾਰਕਸ ਮਿਲਣਗੇ ਠੀਕ ਆ ਦੈਨ ਆਪਣੇ ਕੋਲ ਏ ਸੀ ਹੋਣੇ ਦੇ ਜਿਵੇਂ ਕਰੰਟ ਕਿਹੜਾ ਦਿੱਤਾ ਗਿਆ ਡਾਇਗਨਲ ਦਿੱਤਾ ਗਿਆ ਆਪਣੇ ਕੋਲ ਏ ਸੀ ਦੇ ਡੈਸ਼ ਲਾਈਨ ਦੇ ਨਾਲ ਆਪਾਂ ਸ਼ੋਅ ਕੀਤਾ ਗਿਆ ਆ ਠੀਕ ਆ ਵੀ ਕਰੰਟ ਕੀ ਹੈ ਜਿਹੜਾ ਡੈਸ਼ ਲਾਈਨ ਦਾ ਸ਼ੋਅ ਕੀਤਾ ਗਿਆ ਸਿੱਧ ਕਰਨਾ ਹੈ ਜੋ ਵੀ ਆਪਾਂ ਨੂੰ ਪ੍ਰੂਫ ਕਰਨ ਨੂੰ ਕਿਹਾ ਹੋਵੇ ਠੀਕ ਆ ਉਹਨੂੰ ਸਿੱਧ ਕਰਨ ਲਈ ਆਪਾਂ ਪਹਿਲਾਂ ਲਿਖਦੇ ਹਾਂ ਸਬੂਤ ਸਬੂਤ ਜਾਂ ਪ੍ਰੂਫ ਪਰ ਇੱਕ ਚੀਜ਼ ਯਾਦ ਰੱਖਣੀ ਆਪਣੇ ਕੋਲ ਜਦੋਂ ਵੀ ਕੋਈ ਟ੍ਰਾਇੰਗਲ ਦਿੱਤੀ ਗਈ ਹੋਵੇ ਉਹਦੇ ਵਿੱਚ ਦੋ ਭੁਜਾਵਾਂ ਦੇ ਮੱਧ ਬਿੰਦੂ ਦੇ ਦਿੱਤੇ ਗਏ ਹੋਣ ਆਪਣੇ ਨੂੰ ਮਤਲਬ ਕਿ ਇਹਦਾ ਮੱਧ ਬਿੰਦੂ ਮੰਨ ਲਓ ਆਪਣੇ ਕੋਲ ਹੈਗਾ P ਇਹਦਾ ਹੈਗਾ ਆ L ਹਾਂ ਦੋਵੇਂ ਹੋ ਗਏ ਆਪਾਂ P ਨੂੰ L ਨਾਲ ਜੁਆਇਨ ਕੀਤਾ ਹੁਣ P L ਕੀ ਹੋਵੇ ਜਿਹੜੀ BC ਦੇ ਸਮਾਂਤਰ ਹੋਵੇ ਠੀਕ ਹੈ ਨਾ ਉਹਦੇ ਸਮਾਂਤਰ ਹੋਵੇ ਜਦੋਂ ਵੀ ਕਿਸੇ ਤ੍ਰੈਕ ਦੇ ਵਿੱਚ ਕੋਈ ਬਿੰਦੂ ਜਿਹੜੇ ਆ ਕਿਸੇ ਦੋ ਭੁਜਾਵਾਂ ਨੂੰ ਬਰਾਬਰ ਹਿੱਸੇ 'ਚ ਵੰਡਦੇ ਆ ਉਹਨਾਂ ਦੇ ਮੱਧ ਬਿੰਦੂ ਬਣਦੇ ਆ ਤਾਂ ਜਿਹੜੀ ਤੀਸਰੀ ਭੁਜਾ ਹੁੰਦੀ ਆ ਉਹਦੇ ਸਮਾਂਤਰ ਹੁੰਦੀ ਉਹ ਵਾਲੀ ਲਾਈਨ ਠੀਕ ਹੈ ਜਦੋਂ ਕੋਈ ਬਿੰਦੂ ਤ੍ਰੈਭੁਜ ਦੀਆਂ ਦੋ ਭੁਜਾਵਾਂ ਦੇ ਮੱਧ ਬਿੰਦੂ ਹੋਣ ਤਾਂ ਉਹ ਤੀਸਰੀ ਭੁਜਾ ਦੇ ਸਮਾਂਤਰ ਰੇਖਾ ਬਣਾਉਂਦੇ ਹਨ ਠੀਕ ਹੈ ਅਤੇ ਉਹ ਰੇਖਾ ਤੀਜੀ ਭੁਜਾ ਦਾ ਅੱਧ ਹੁੰਦੀ ਹੈ ਕੀ ਹੁੰਦੀ ਹੈ ਅੱਧ ਹੁੰਦੀ ਹੈ ਹੁਣ ਇਹਦੇ ਵਿੱਚ ਲਿਖਿਆ ਵੀ ਗਿਆ ਆਪਾਂ ਧਿਆਨ ਨਾਲ ਸਮਝੀਏ ਜਦੋਂ ਕੋਈ ਬਿੰਦੂ ਮਤਲਬ ਇੱਕ ਬਿੰਦੂ ਜਾਂ ਦੋ ਬਿੰਦੂ ਹੋਣ ਫੜੇ ਦੋ ਬਿੰਦੂ ਸੀ P ਤੇ L ਬਿੰਦੂ ਵਾਲੇ ਕਿਹੜੇ ਲੈ ਲਿਆ ਆਪਾਂ P, L ਤ੍ਰੈ ਕੁਝ ਦੀਆਂ ਦੋ ਭੁਜਾਵਾਂ ਦੇ ਮੱਧ ਬਿੰਦੂ ਹੋਣ ਤ੍ਰੈ ਦੀਆਂ ਦੋ ਭੁਜਾਵਾਂ AB ਤੇ AC ਦੇ ਮੱਧ ਬਿੰਦੂ ਆ ਹੁਣ ਤਾਂ ਤੀਸਰੀ ਭੁਜਾ ਦੇ ਸਮਾਂਤਰ ਰੇਖਾ ਬਣਾਉਂਦੇ ਆ ਤੀਸਰੀ ਭੁਜਾ ਕਿਹੜੀ BC ਰਹਿ ਗਈ ਇਹਨਾਂ ਦੇ ਤਾਂ ਸਮਾਂ ਇਹਨਾਂ ਦੇ ਤਾਂ ਮੱਧ ਬਿੰਦੂ ਹੋ ਗਏ ਤੀਜੀ ਭੁਜਾ ਰਹਿ ਗਈ ਕਿਉਂਕਿ ਇਹਦਾ ਮੱਧ ਬਿੰਦੂ ਨਹੀਂ ਹੈਗਾ ਕੋਈ ਤਾਂ ਤੀਜੀ ਭੁਜਾ ਦੇ ਇਹ ਰੇਖਾ ਜਿਹੜੀ ਆ ਭੁਜਾ ਸਮਾਂਤਰ ਆ ਗਈ ਆਪਣੇ ਕੋਲ ਜਦੋਂ ਸਮਾਂਤਰ ਆ ਗਈ ਤਾਂ ਤੀਸਰੀ ਭੁਜਾ ਉਹ ਰੇਖਾ ਤੀਜੀ ਭੁਜਾ ਦਾ ਕੀ ਹੁੰਦੀ ਆ ਅੱਧ ਹੁੰਦੀ ਹੈ ਇਹਦਾ ਮਤਲਬ ਜੋ ਅੱਧ ਹੁੰਦੀ ਆ ਆਪਾਂ ਮਿਲਣਗੇ ਤੇ PL ਜਿਹੜੀ ਆ ਉਹ ਬਰਾਬਰ ਕੀ ਹੋਊਗੀ 1/2 BC BC ਵੱਡੀ ਆ ਨਾ ਜਿਹੜਾ PL ਦਾ ਅੱਧਾ ਕਿਹਦਾ ਹੋਊਗਾ BC ਦਾ ਇੱਦਾਂ ਵੀ ਲਿਖ ਸਕਦੇ ਜਾਂ BC ਦਾ ਅੱਧ ਕਰਨਾ ਵਟਾ 2 ਆ ਵੀ ਚੀਜ਼ ਹੈ ਇੱਕੋ ਚੀਜ਼ ਹੈ 1/2 BC ਵੀ ਲਿਖ ਸਕਦੇ ਆ 1/2 BC ਵੀ ਔਰ BC ਓਵਰ 2 ਵੀ ਲਿਖ ਸਕਦੇ ਆ ਕਲੀਅਰ ਹੁਣ ਇਹੀ ਚੀਜ਼ ਆਪਾਂ ਇੱਧਰ ਲਗਾਣੀ ਹੈ ਠੀਕ ਹੈ ਹੁਣ ਇਹਦੇ ਚ ਆਪਾਂ ਲਿਖਦੇ ਆ ਤ੍ਰੈਭੁਜ ਬਣੇ ਤੋਂ ਪਹਿਲਾਂ ਤ੍ਰੈਭੁਜ ਚੱਕਣੀ ਪੈਣੀ ਆਪਾਂ ਨੂੰ ਕੋਈ ਆਪਾਂ ਤ੍ਰੈਭੁਜ ਲਿਖਦੇ ਆ A D C ਇਹੀ ਬਣ ਜਾਂਦਾ ਤ੍ਰੈਭੁਜ ਆ ਵਾਲਾ ਜਿਹੜਾ ਭਾਗ ਆ ਆਪਣੇ ਕੋਲ ਤ੍ਰੈਭੁਜ ਦਾ ਭਾਗ ਬਣਦਾ ਉੱਪਰ ਠੀਕ ਆ ਇਹ ਕੀ ਬਣਦੀ ਆਪਣੇ ਕੋਲ ਆ ਡੈਸ਼ ਲਾਈਨ ਆ ਆਪਣੇ ਕੋਲ ਜਿਹੜਾ ਪੁਆਇੰਟ A ਆ C ਆ ਆ D ਆ ਇਸ ਤਰ੍ਹਾਂ ਹੀ ਆ ਹੁਣ ਇਹਦੇ ਵਿੱਚ ਕੀ ਆਉਂਦਾ ਇੱਥੇ S ਬਿੰਦੂ ਆਉਂਦਾ ਤੇ ਇੱਥੇ ਕਿਹੜਾ ਆਉਂਦਾ R ਇਹ ਆਉਂਦਾ ਹੁਣ ਧਿਆਨ ਨਾਲ ਸਮਝੋ ਹੁਣ ਇਹ ਤ੍ਰੈਭੁਜ ਬਣ ਗਈ ਆਪਣੇ ਕੋਲ ਹੁਣ ਇਹਦਾ ਮੱਧ ਬਿੰਦੂ ਕਿਹੜਾ ਹੋ ਗਿਆ ਇਹਦਾ AD ਦਾ S ਹੋ ਗਿਆ DC ਦਾ ਮੱਧ ਬਿੰਦੂ R ਹੋ ਗਿਆ ਦੋਵੇਂ ਮੱਧ ਬਿੰਦੂ ਹੋਵੇ ਹੁਣ ਤੀਸਰੀ ਭੁਜਾ ਕਿਹੜੀ ਰਹਿ ਗਈ ਇਹ ਵਾਲੀ ਇਹਦਾ ਮਤਲਬ ਜਿਹੜੀ ਰੇਖਾ ਆ ਬਣਨੀ ਆਪਣੀ ਕੋਲ ਕੀ ਕਿਹਦੇ ਸਮਾਂਤਰ ਹੋਊਗੀ DC ਦੇ ਠੀਕ ਆ ਇੱਥੇ ਆਪਾਂ ਲਿਖਦੇ ਆ ਔਰ ਆ ਯਾਦ ਰੱਖਣੀ ਹੈ ਨਾਲ ਲਾਈਨ ਤ੍ਰੈਭੁਜ AD
ਸੀ ਵਿੱਚ ਆਪਣੇ ਕੋਲ ਆਉਂਦਾ ਵਾ ਐਸ ਮੱਤ ਬਿੰਦੂ ਏ ਡੀ ਆਰ ਮੱਤ ਬਿੰਦੂ ਸੀ ਡੀ ਐਸ ਆਰ ਸਮਾਂਤਰ ਹੈ ਏ ਸੀ ਕਿਉਂ ਸਮਾਂਤਰ ਹੈ ਇੱਥੇ ਜੋ ਲਿਖਣਾ ਵਾ ਉਹ ਕੀ ਲਿਖਣਾ ਆਪਾਂ ਆਹ ਜੋ ਸਾਰੇ ਮੈਂ ਤੁਹਾਨੂੰ ਲਿਖ ਕੇ ਦਿੱਤਾ ਹੈ ਆਹ ਚੀਜ਼ ਸਾਰੀ ਕੀ ਲਿਖਣੀ ਆ ਇਸ ਕੋਟੇਸ਼ਨ ਦੇ ਵਿੱਚ ਆਪਾਂ ਇੱਥੇ ਲਿਖਾਂਗੇ ਆ ਬ੍ਰੈਕਟ ਦੇ ਵਿੱਚ ਕਲੀਅਰ ਉਹ ਸਾਰੀ ਚੀਜ਼ ਸਮਾਂਤਰ ਹੋ ਗਈ ਏ ਸੀ ਦੇ ਇਸ ਲਈ ਜਿਹੜੀ ਐਸ ਆਰ ਹੋਊਗੀ ਉਹ ਕੀ ਹੋਊਗੀ ਇੱਕ ਵਟਾ ਦੋ ਏ ਸੀ ਹੋਊਗੀ ਲਿਖਣਾ ਕੁਛ ਨਹੀਂ ਪਿਆ ਕੋਈ ਕੈਲਕੂਲੇਸ਼ਨ ਨਹੀਂ ਕੋਈ ਸੋਲਵ ਨਹੀਂ ਓਨਲੀ ਦਾ ਅਰਥ ਜੋ ਵੀ ਦਿੱਤਾ ਗਿਆ ਆਪਣੇ ਕੋਲ ਇਸ ਚੀਜ਼ ਨੂੰ ਯਾਦ ਕਰਨਾ ਵਾ ਪੜ੍ਹਨਾ ਵਾ ਯਾਦ ਰੱਖਣਾ ਪੈਣਾ ਆਪਾਂ ਕੋਲ ਜਦੋਂ ਵੀ ਇੱਦਾਂ ਦੀ ਚੀਜ਼ ਆਉਂਦੀ ਆਪਾਂ ਸਿੱਧੇ ਆਨਸਰ ਲਿਖ ਸਕਦੇ ਨਾਲ ਉਹ ਚੀਜ਼ ਲਿਖ ਕਲੀਅਰ ਕੁਛ ਨਹੀਂ ਲਿਖਿਆ ਮੈਂ ਉਹ ਚੀਜ਼ ਅੱਗੇ ਉਹ ਲਿਖਿਆ ਨਾਲ ਕੋਟੇਸ਼ਨ ਪਾ ਦਿੰਦੇ ਕਲੀਅਰ ਸੈਕਿੰਡ ਆਉਂਦਾ ਆਪਣੇ ਕੋਲ ਆਹ ਫਸਟ ਜੀ ਸਾਡਾ ਠੀਕ ਹੈ ਕਲੀਅਰ ਪੀ ਕਿਉਂ ਸਮਾਨ ਬਰਾਬਰ ਕਹਿੰਦੇ ਆ ਮੱਧ ਬਿੰਦੂ ਆ ਗਿਆ ਦੋਵਾਂ ਦੇ ਪੀ ਕਿਉਂ ਮੱਧ ਬਿੰਦੂ ਹੋਏਗਾ ਪੀ ਕਿਉਂ ਕਹਿੰਦੇ ਸਮਾਂਤਰ ਜਾਊਗੀ ਏ ਸੀ ਦੇ ਫਿਰ ਠੀਕ ਹੈ ਫਿਰ ਆ ਗਈ ਪੀ ਕਿਉਂ ਇਹਦੇ ਵਿੱਚ ਆ ਗਿਆ ਪੀ ਕਿਉਂ ਸਮਾਂਤਰ ਹੈ ਏ ਸੀ ਆ ਗਈ ਇਸ ਲਈ ਪੀ ਟੂ ਜਿਹੜੀ ਆ ਗਈ ਬਰਾਬਰ ਇੱਕ ਵਟਾ ਦੋ ਕਿਹਦਾ ਆ ਗਈ ਏ ਸੀ ਦਾ ਆ ਗਈ ਠੀਕ ਹੈ ਹੁਣ ਪੀ ਕਿਉ ਕਿਹਦਾ ਇੱਕ ਵਟਾ ਦੋ ਏ ਸੀ ਦਾ ਤੇ ਦੈਨ ਐਸ ਆਰ ਕਿਹਦਾ ਆ ਏ ਸੀ ਦਾ ਦੋਵੇਂ ਏ ਸੀ ਦੇ ਆ ਹੈਗੇ ਨੇ ਨਾ ਆਫ ਆਹ ਵਾਲੀ ਜਿਹੜੀ ਕੰਡੀਸ਼ਨ ਇੱਥੇ ਲਿਖੀ ਨਾ ਇੱਥੇ ਨੀਚੇ ਵੀ ਇਹ ਸੀ ਜਾਣੀ ਹੈ ਇੱਥੇ ਠੀਕ ਹੈ ਆਹ ਨੀਚੇ ਵੀ ਆ ਗਿਆ ਜੋ ਇੱਥੇ ਕਲੀਅਰ ਹੁਣ ਕੀ ਆਉਂਦਾ ਆਪਣੇ ਕੋਲ ਇੱਕ ਅਤੇ ਦੋ ਤੋਂ ਐਸਆਰ ਬਰਾਬਰ ਹੈ ਇੱਕ ਵਟਾ ਦੋ ਏ ਸੀ ਬਰਾਬਰ ਪੀ ਕਿਊ ਬਰਾਬਰ ਹੈ ਇੱਕ ਵਟਾ ਦੋ ਏ ਸੀ ਦੋਵੇਂ ਏ ਸੀ ਦੇ ਬਰਾਬਰ ਨੇ ਇਸ ਲਈ ਐਸਆਰ ਬਰਾਬਰ ਕਿਹਦੇ ਹੋ ਜਾਂਦੀ ਆ ਪੀ ਕਿਊ ਦੇ ਇਹ ਸਿੱਧੀ ਗੱਲ ਆ ਬੇਸ਼ੱਕ ਐਸਆਰ ਇੱਧਰ ਆ ਜਾਏ ਜਾਂ ਉੱਧਰ ਚਲਾ ਗਿਆ ਉਹਦੀ ਕੋਈ ਗੱਲ ਨਹੀਂ ਠੀਕ ਹੈ ਕੋਈ ਗੱਲ ਨਹੀਂ ਪੀ ਕਿਊ ਆਰ ਐਸ ਸਮਾਂਤਰ ਚਤੁਰਭੁਜ ਹੁਣ ਇਹ ਦੱਸਣਾ ਆਪਾਂ ਪੀ ਕਿਊ ਆਰ ਐਸ ਕੀ ਆ ਸਮਾਂਤਰ ਚਤੁਰਭੁਜ ਹੁਣ ਸਮਾਂਤਰ ਚਤੁਰਭੁਜ ਕਿਹੜੀ ਹੁੰਦੀ ਆ ਜਿਹਦੀਆਂ ਸਾਨੂੰ ਭਜਾਵਾਂ ਸਮਾਂਤਰ ਹੁਣ ਇਹ ਆ ਸਮਾਂਤਰ ਦੇ ਬਰਾਬਰ ਹੁਣ ਹੁਣ ਦੇਖੋ ਧਿਆਨ ਆ ਆ ਸੀਗੀ ਆਪਣੇ ਕੋਲ ਆ ਜਿਹੜੀ ਸਮਾਂਤਰ ਕਿਹਦੇ ਆ ਏ ਸੀ ਦੇ ਪੀ ਕਿਊ ਕਿਹਦੇ ਸਮਾਂਤਰ ਆ ਏ ਸੀ ਦੇ ਤਿੰਨੇ ਸਮਾਂਤਰ ਹੋ ਗਈਆਂ ਆਪਾਂ ਇੱਥੇ ਲਿਖਾਂਗੇ ਤੀਸਰੇ ਦੇ ਵਿੱਚ ਐਸ ਆਰ ਸਮਾਂਤਰ ਹੈ ਏ ਸੀ ਪੀ ਕਿਊ ਸਮਾਂਤਰ ਹੈ ਏ ਸੀ ਇਸ ਲਈ ਐਸ ਆਰ ਸਮਾਂਤਰ ਹੈ ਪੀ ਕਿਊ ਓਕੇ ਪੀ ਕਿਊ ਦਾ ਸਮਾਂਤਰ ਇੱਥੇ ਕੀ ਆਪਾਂ ਸਿੱਧੇ ਕਰਕੇ ਬਰਾਬਰ ਜਦੋਂ ਬਰਾਬਰ ਨੂੰ ਸਮਾਂਤਰ ਹੁੰਦੀ ਆ ਤਾਂ ਉਹ ਬਰਾਬਰ ਵੀ ਹੁੰਦੀਆਂ ਨੇ ਇਸ ਲਈ ਐਸ ਆਰ ਬਰਾਬਰ ਕੀ ਆ ਪੀ ਕਿਊ ਹੁਣ ਉਹਨਾਂ ਦਾ ਇੱਕ ਜੋੜਾ ਜਿਹੜਾ ਸਮਾਂਤਰ ਆ ਗਿਆ ਆਪਣੇ ਕੋਲ ਬਰਾਬਰ ਆ ਗਿਆ ਇਸ ਤਰ੍ਹਾਂ ਹੀ ਆਪਣੇ ਕੋਲ ਆਪਾਂ ਇੱਥੋਂ ਵੀ ਆਪਣਾ ਆਪਾਂ ਵੀ ਕਰਨ ਦਾ ਆਪਾਂ ਇਹਨਾਂ ਨੂੰ ਬਰਾਬਰ ਕਰ ਸਕਦੇ ਹਾਂ ਇਸ ਲਈ ਪੀ ਕਿਊ ਆਰ ਐਸ ਇੱਕ ਸਮਾਂਤਰ ਚਤੁਰਭੁਜ ਹੈ ਆਹ ਕੁਛ ਨਹੀਂ ਕਲੀਅਰ ਨੈਕਸਟ ਕੁਐਸਚਨ ਆਪਣਾ ਸੈਕਿੰਡ ਸੈਕਿੰਡ ਕੁਐਸਚਨ ਕੀ ਕਿਹਾ ਗਿਆ ਕਿ ਏ ਬੀ ਸੀ ਡੀ ਇੱਕ ਚਤੁਰਭੁਜ ਹੈ ਏ ਬੀ ਸੀ ਡੀ ਕੀ ਹੈ ਇੱਕ ਚਤੁਰਭੁਜ ਸਮ ਚਤੁਰਭੁਜ ਸਮ ਚਤੁਰਭੁਜ ਕਿਹਾ ਗਿਆ ਸਮ ਚਤੁਰਭੁਜ ਸਮ ਚਤੁਰਭੁਜ ਦਾ ਮਤਲਬ ਕੀ ਆ ਗਿਆ ਆਪਣੇ ਕੋਲ ਰੋਮਬਸ ਰੋਮਬਸ ਆ ਗਿਆ ਆਪਣੇ ਕੋਲ ਆਪਣੇ ਕੋਲ ਇੱਕ ਰੋਮਬਸ ਥੋੜਾ ਵੱਡਾ ਬਣਾ ਇਹ ਆਪਣੇ ਹੋ ਗਿਆ ਏ ਬੀ ਸੀ ਤੇ ਡੀ ਇੱਕ ਸਮਝ ਤੱਕ ਉਸ ਤੋਂ ਬਾਅਦ ਕੀ ਲਿਖਿਆ ਮੱਧ ਬਿੰਦੂ ਦਿੱਤੇ ਗਏ ਨੇ ਆਪਣੇ ਕੋਲ ਭੁਜਾਵਾਂ ਦੇ ਪੀ ਕਿਹੜਾ ਮੱਧ ਬਿੰਦੂ ਹੈ ਏ ਬੀ ਦਾ ਇਹ ਆ ਗਿਆ ਆਪਣੇ ਕੋਲ ਬੀ ਕਿਉਂ ਕਿਹਦਾ ਮੱਧ ਬਿੰਦੂ ਬੀ ਸੀ ਦਾ ਆਰ ਕਿਹਦਾ ਮੱਧ ਬਿੰਦੂ ਸੀ ਡੀ ਦਾ ਦੈਨ ਲੈ ਗਿਆ ਸਿੱਧ ਕਰਨਾ ਹੈ ਪੀ ਕਿਊ ਆਰ ਐਸ ਕੀ ਹੈ ਇੱਕ ਆਈ ਪੀ ਕਿਊ ਆਰ ਐਸ ਕੀ ਇੱਕ ਆਈ ਹੈ
ਪਰ ਜਦੋਂ ਇਹ ਸਿੱਧ ਕਰਨਾ ਤਾਂ ਇਹਨੂੰ ਆਪਾਂ ਸਾਰੇ ਪੁਆਇੰਟ ਕਹੋਗੇ ਜੁਆਇਨ ਕਰਾਂਗੇ ਪੀ ਟੂ ਕਿਊ ਕਿਊ ਟੂ ਆਰ ਆਰ ਟੂ ਐਸ ਐਸ ਟੂ ਪੀ ਇਹਨੂੰ ਸਿੱਧ ਕਰਨਾ ਇੱਕ ਆਇਤ ਹੁਣ ਆਇਤ ਕੀ ਹੁੰਦੀ ਆ ਆਪਣੇ ਕੋਲ ਸਨਮੁਖ ਭੁਜਾਵਾਂ ਦੇ ਜੋੜੇ ਜਾਂ ਸਨਮੁਖ ਭੁਜਾਵਾਂ ਬਰਾਬਰ ਹੁੰਦੀਆਂ ਸਨਮੁਖ ਭੁਜਾਵਾਂ ਬਰਾਬਰ ਹੁੰਦੀਆਂ ਹਨ ਇਹ ਸਿੱਧ ਕਰਨਾ ਆਪਾਂ ਬਰਾਬਰ ਹੁੰਦੀਆਂ ਹਨ ਹੁਣ ਥਿਊਰਮ ਚ ਕੀ ਸੀਗਾ ਆਪਣੇ ਕੋਲ ਕਿ ਆਪਣੇ ਕੋਲ ਐਸ ਆਰ ਜਿਹੜੀ ਮੱਧ ਬਿੰਦੂ ਹੈਗਾ ਜਿਹੜੀ ਇਹ ਤੋਂ ਰੇਖਾ ਬਣਦੀ ਤੀਸਰੀ ਕੋਈ ਸਮਾਂਤਰ ਹੁੰਦੀ ਤਾਂ ਉਹ ਕੀ ਹੁੰਦੀ ਆ ਅੱਧ ਹੁੰਦੀ ਆ ਹੁਣ ਇਹ ਕੀ ਆ ਇੱਥੇ ਆਪਣੇ ਕੋਲ ਕੀ ਆ ਕੋਈ ਵੀ ਤਰੈ ਕੁਝ ਨਹੀਂ ਬਣ ਰਹੀ ਨਹੀਂ ਨਾ ਬਣ ਰਹੀ ਆਪਾਂ ਹੀ ਕਰਦੇ ਆ ਏ ਨੂੰ ਸੀ ਨਾਲ ਮਿਲਾਓ ਠੀਕ ਹੈ ਏ ਨੂੰ ਸੀ ਨਾਲ ਬੀ ਨੂੰ ਡੀ ਨਾਲ ਹੁਣ ਆਪਾਂ ਏ ਨੂੰ ਸੀ ਨਾਲ ਮਿਲਾਉਂਦੇ ਆ ਏ ਨੂੰ ਸੀ ਨਾਲ ਮਿਲਾ ਦਿੱਤਾ ਗਿਆ ਜਦੋਂ ਏ ਨੂੰ ਸੀ ਨਾਲ ਮਿਲਾ ਦਿੱਤਾ ਆਪਾਂ ਕੀ ਲਿਖਾਂਗੇ ਇੱਥੇ ਐਸ ਆਰ ਜਿਹੜਾ ਆ ਉਹ ਸਮਾਂਤਰ ਕਿਹਦੇ ਹੋ ਗਿਆ ਏ ਸੀ ਦੇ ਤੇ ਐਸ ਆਰ ਕੀ ਹੋ ਗਿਆ ਜਿਹੜਾ ਆਪਣੇ ਕੋਲ ਏ ਸੀ ਦਾ ਅੱਧਾ ਇਸ ਦਾ ਅੱਧਾ ਹੋ ਗਿਆ ਲਿਖਣਾ ਕੀ ਇਹਦੇ ਵਿੱਚ ਆਪਣੇ ਕੋਲ ਹੈਗੀ ਮੱਧ ਬਿੰਦੂ ਥਿਊਰਮ ਇਹ ਸਾਰੀ ਚੀਜ਼ ਕੌਣ ਕਹਿੰਦਾ ਹੈ ਮੱਧ ਬਿੰਦੂ ਦੀ ਜਿਹੜੀ ਥਿਊਰਮ ਹੈ ਉਹ ਦੱਸਦੀ ਆਪਾਂ ਨੂੰ ਮੱਧ ਬਿੰਦੂ ਥਿਊਰਮ ਇਹ ਦੱਸਦੀ ਪਈ ਹੈ ਕਲੀਅਰ ਪਰ ਐਸ ਆਰ ਤਾਂ ਹੋ ਗਿਆ ਦੂਸਰੀ ਸਾਈਡ ਤੋਂ ਆਪਾਂ ਕਹਿੰਦੇ ਪੀ ਕਿਊ ਇਹ ਵੀ ਉਹ ਸਮਝਦਾ ਪੀ ਕਿਊ ਵੀ ਕੀ ਹੋ ਗਿਆ ਸਮਾਂਤਰ ਏ ਸੀ ਪੀ ਕਿਊ ਵੀ ਕੀ ਹੋ ਗਿਆ ਇਹਦਾ ਅੱਧ ਹੋ ਗਿਆ ਏ ਸੀ ਬਟਾ ਦੋ ਹੋ ਗਿਆ ਇਸ ਲਈ ਪੀ ਕਿਊ ਕੀ ਆ ਗਿਆ ਆਪਣੇ ਕੋਲ ਬਰਾਬਰ ਐਸ ਆਰ ਇਹ ਦੋਵੇਂ ਬਰਾਬਰ ਹੋ ਗਈਆਂ ਆਪਣੇ ਕੋਲ ਹੋ ਗਿਆ ਦੋਵੇਂ ਬਰਾਬਰ ਇਹ ਕਿਹਦੇ ਨਾਲ ਹੋ ਗਿਆ ਸਿਰਫ ਇੱਕ ਵਿਕਲਨ ਬਣਾਇਆ ਆਪਾਂ ਏ ਸੀ ਏ ਸੀ ਦੇ ਨਾਲ ਦੋ ਤਰੈ ਕੁਝ ਬਣੀਆਂ ਆਹ ਜਿਹੜਾ ਬਣਿਆ ਆਪਣੇ ਕੋਲ ਇਹ ਸਾਰਾ ਕੀ ਸੀਗਾ ਤਰੈ ਕੁਝ ਉੱਪਰ ਵਾਲੀ ਏ ਸੀ ਡੀ ਤੋਂ ਆਹ ਜਿਹੜਾ ਸਾਰਾ ਬਣਿਆ ਆਪਣੇ ਕੋਲ ਕਿਹ ਤੋਂ ਬਣਿਆ ਤਰੈ ਕੁਝ ਏ ਬੀ ਸੀ ਤੋਂ ਕਿਉਂਕਿ ਨੀਚੇ ਆ ਗਿਆ ਨਾ ਏ ਬੀ ਸੀ ਆ ਹੋ ਗਈ ਏ ਸੀ ਡੀ ਉੱਪਰ ਹੋ ਗਿਆ ਦੋਵੇਂ ਤਰੈ ਕੁਝਾਂ ਤੋਂ ਇੱਕ ਜੋੜਾ ਆਪਣੇ ਕੋਲ ਜਿਹੜਾ ਬਰਾਬਰ ਆ ਗਿਆ ਆਪਾਂ ਲਿਖ ਲਿਆ ਹੁਣ ਦੂਸਰੀ ਸਾਈਡ ਤੋਂ ਹੁਣ ਇਹਨੂੰ ਸਿੱਧ ਕਰਨ ਦੇ ਲਈ ਹੁਣ ਐਸ ਪੀ ਨੂੰ ਆਪਾਂ ਕਹਿੰਦੇ ਬਰਾਬਰ ਕਰਨਾ ਆਰ ਸੀ ਦੇ ਠੀਕ ਹੈ ਕਿਉਂਕਿ ਇਹਦੇ ਵਿੱਚ ਕੀ ਸਾਨੂੰ ਕੁਝ ਮਾਇਦੇ ਜਾਂ ਬਰਾਬਰ ਹੋਣੀ ਇਹਨੂੰ ਆਪਾਂ ਇਹਦੇ ਬਰਾਬਰ ਸਿੱਧ ਕਰਨਾ ਇਹਦੇ ਲਈ ਆਪਾਂ ਨੂੰ ਇੱਕ ਹੋਰ ਵੀ ਕਰਨ ਜਿਹੜਾ ਡਰਾ ਕਰਨਾ ਪੜਾ ਆਪਾਂ ਲਿਖਿਆ ਬੀ ਨੂੰ ਡੀ ਨਾਲ ਮਿਲਾਉਣਾ ਠੀਕ ਹੈ ਬੀ ਨੂੰ ਡੀ ਨਾਲ ਮਿਲਾਉਂਦੇ ਆ ਹੁਣ ਜਦੋਂ ਬੀ ਨੂੰ ਡੀ ਨਾਲ ਮਿਲਾ ਦਿੱਤਾ ਗਿਆ ਤਾਂ ਜਿਹੜਾ ਐਸ ਪੀ ਆ ਉਹ ਕਿਹਦਾ ਸਮਾਂਤਰ ਹੋ ਗਿਆ ਏ ਬੀ ਡੀ ਦਾ ਇੱਥੇ ਆਪਾਂ ਲਿਖਾਂਗੇ ਐਸ ਪੀ ਸਮਾਂਤਰ ਕਿਹਦੇ ਹੋ ਗਏ ਬੀ ਡੀ ਦੇ ਇਸ ਲਈ ਜਿਹੜੀ ਐਸ ਪੀ ਆ ਉਹ ਬਰਾਬਰ ਕਿ ਹੋ ਗਈ ਬੀ ਡੀ ਦਾ ਅੱਧ ਹੋ ਗਈ ਇਹ ਵੀ ਕੀ ਆਪਣੇ ਕੋਲ ਆ ਗਿਆ ਮੱਧ ਬਿੰਦੂ ਥਿਊਰਮ ਮੱਧ ਬਿੰਦੂ ਆ ਗਈ ਨਾ ਮਿਡ ਪੁਆਇੰਟ ਥਿਊਰਮ ਆ ਗਈ ਦੈਨ ਫਿਰ ਸਿਮਿਲਰਲੀ ਆਪਾਂ ਦੂਸਰੀ ਸਾਈਡ ਤੇ ਜਾਵਾਂਗੇ ਆਰ ਕਿਊ ਆ ਗਿਆ ਆਪਣੇ ਕੋਲ ਆਰ ਕਿਊ ਕੀ ਹੋਊਗਾ ਪੈਰਲਲ ਟੂ ਬੀ ਡੀ ਥੇਰਫੋਰ ਆਰ ਕਿਊ ਕੀ ਹੈ ਕਿ ਆ ਗਿਆ ਆਪਣੇ ਕੋਲ ਬੀ ਡੀ ਦਾ ਹਾਫ ਆ ਗਿਆ ਇੱਥੇ ਵੀ ਆਪਣੇ ਕੋਲ ਕੀ ਲੱਗ ਗਿਆ ਮੱਧ ਬਿੰਦੂ ਥਿਊਰਮ ਮਿਡ ਪੁਆਇੰਟ ਥਿਊਰਮ ਆ ਗਈ ਇਸ ਲਈ ਆਪਣੇ ਕੋਲ ਕੀ ਹੋ ਗਿਆ ਐਸ ਪੀ ਬਰਾਬਰ ਕਿਹਦੇ ਹੋ ਗਿਆ ਆਰ ਕਿਊ ਦੋਵੇਂ ਬਰਾਬਰ ਆ ਗਏ ਇਹ ਜਿਹੜੀਆਂ ਦੋਵੇਂ ਭਿਆਵਾਂ ਆਪਣੇ ਕੋਲ ਸੋਰੀ ਆਹ ਦਿਖਾ ਚੁੱਕੇ ਆਪਾਂ ਆਹ ਦੋਵੇਂ ਭਿਆਵਾਂ ਕਿਹਦੇ ਬਰਾਬਰ ਆ ਗਈਆਂ ਸਾਨੂੰ ਭਿਆਵਾਂ ਦੇ ਬਰਾਬਰ ਆ ਗਈਆਂ ਆਪਣੇ ਕੋਲ ਇਸ ਲਈ ਪੀ ਕਿਊ ਆਰ ਐਸ ਇੱਕ ਕੀ ਆ ਆਏ ਹਾਂ ਕਲੀਅਰ ਭਾਈ ਤੁਸੀਂ ਲਿਖਣਾ ਇੱਥੇ ਟ੍ਰਾਇੰਗਲ ਲੈ ਕੇ ਕਈ ਟ੍ਰਾਇੰਗਲ ਵਿੱਚ ਆ ਚੀਜ਼ ਆਉਂਦੀ ਕਈ ਟ੍ਰਾਇੰਗਲ ਚੋਂ ਇਹ ਆ ਰਹੀ ਹੈ ਠੀਕ ਹੈ ਉਹ ਤੁਸੀਂ ਆ ਥਰਡ ਵਨ ਕੁਐਸਚਨ ਕੀ ਆਪਣੇ ਕੋਲ ਦਿੱਤਾ ਹੈ ਕਹਿੰਦਾ ਏ ਬੀ ਸੀ ਡੀ ਇੱਕ ਆਇਤ ਹੈ ਹੁਣ ਪਹਿਲਾਂ ਆਇਤ ਕੀ ਹੁੰਦੀ ਆ ਆਇਤ ਦੇ ਜਿਹੜੇ ਚਾਰੇ ਕੋਣ ਹੁੰਦੇ ਕਿੰਨੇ ਡਿਗਰੀ ਦੇ ਹੁੰਦੇ ਆ 90 ਡਿਗਰੀ ਦੇ 90 90 90 90 ਸਾਰੇ ਕੋਣ 90 ਡਿਗਰੀ ਦੇ ਤੇ ਜਿਹੜੀਆਂ ਇਹ ਸਮੂਹ ਭਿਆਵਾਂ ਹੁੰਦੀਆਂ ਉਹ ਕੀ ਹੁੰਦੀਆਂ ਨੇ ਬਰਾਬਰ ਠੀਕ ਹੈ ਮੋਸਟ ਪੁਆਇੰਟ ਸਾਈਡ ਦਾ ਇਕੁਅਲ ਆਪਾਂ ਲਿਖਿਆ ਏ ਬੀ ਸੀ ਡੀ ਆਇਤ ਹੈ ਮੱਧ ਬਿੰਦੂ ਕਿਹੜੇ ਆ ਹੁਣ ਏ ਬੀ ਦਾ ਮੱਧ ਬਿੰਦੂ ਕਿਹੜਾ ਪੀ ਪਹਿਲਾਂ ਇਹਨੂੰ ਨਾਮ ਰੱਖ ਲਈਏ ਆਪਾਂ ਏ ਬੀ ਸੀ ਤੇ ਡੀ ਏ ਬੀ ਦਾ ਮੱਧ ਬਿੰਦੂ ਪੀ ਬੀ ਸੀ ਦਾ ਕਿਊ ਆਰ ਐਸ ਹੋ ਗਏ ਮੱਧ ਬਿੰਦੂ ਹੁਣ ਆਪਾਂ ਸਿੱਧ ਕਰਨਾ ਕਿ ਪੀ ਕਿਊ ਆਰ ਐਸ ਇੱਕ ਸਮ ਚਤੁਰਭੁਜ ਹੈ ਉਸ ਸਵਾਲ ਦਾ ਪੁੱਛੇ ਹੋ ਗਿਆ ਸਰ ਰਿਵਰਸ ਹੋ ਗਿਆ ਨਾ ਉਸ ਸਵਾਲ ਦਾ ਉਸ ਸਵਾਲ ਦੇ ਵਿੱਚ ਆਪਾਂ ਨੂੰ ਇੱਥੇ ਕੀਤੀ ਸਮ ਚਤੁਰਭੁਜ ਆਪਾਂ ਆਇਤ ਸਿੱਧ ਕੀਤੀ ਸੀ ਹੁਣ ਇਹਦੇ ਚ ਕੀ ਆਇਤ ਦਿੱਤੀ ਆ ਆਪਾਂ ਸਿੱਧ ਕੀ ਕਰਨੀ ਆ ਕਿ ਉਹਦੇ ਵਿੱਚ ਜਿਹੜੀ ਬਣਦੀ ਉਹ ਸਮ ਚਤੁਰਭੁਜ ਬਣਦੀ ਆ ਉਹ ਕਿਸ ਤਰ੍ਹਾਂ ਬਣਦੀ ਆ ਅਪੀ ਆ ਪੀ ਨੂੰ ਕਿਉਂ ਨਾ ਮਿਲਾਇਆ ਇਹਨੂੰ ਇਧਰ ਆਪਾਂ ਜੁਆਇਨ ਕੀਤਾ ਦੈਨ ਐਸ ਟੂ ਆਰ ਐਸ ਟੂ ਪੀ ਆ ਹੋ ਗਿਆ ਹੁਣ ਆਪਾਂ ਇਹ ਸਿੱਧ ਕਰਨਾ ਜਿਹੜੀ ਪੀ ਕਿਊ ਆ ਕਿਊ ਆਰ ਆ ਆਰ ਐਸ ਆ ਸਾਰੀਆਂ ਕੀ ਆ ਬਰਾਬਰ ਨੇ
ਠੀਕ ਹੈ ਨਾ, ਆਇਤ ਦੇ ਵਿੱਚ ਸਾਰੀਆਂ ਬਰਾਬਰ ਨਹੀਂ ਆਪਾਂ ਸ਼ੋ ਕੀਤੀਆਂ, ਉਹ ਚ ਆਪਾਂ ਜਿਹੜੇ ਸਨਮੁਖ ਜੁੜੇ ਆ ਨਾ ਉਹਨਾਂ ਨੂੰ ਬਰਾਬਰ ਸਿੱਧ ਕੀਤਾ, ਇਹਦੇ ਵਿੱਚ ਆਪਾਂ ਸਾਰੀਆਂ ਸਿੱਧ ਕਰਨੀਆਂ ਕਿ ਸਾਰੀਆਂ ਬਰਾਬਰ ਹੈ, ਸਿੱਧ ਕਰਨਾ ਇਹ ਲੋੜ ਹੈ, ਆਪਾਂ ਨੂੰ ਲੋੜ ਕਿਹੜੀ ਚੀਜ਼ ਦੀ ਆ, ਪੀ ਕਿਊ ਬਰਾਬਰ ਕਿਊ ਆਰ ਬਰਾਬਰ ਆਰ ਐਸ ਬਰਾਬਰ ਏ ਐਸ ਟੀ। ਹੁਣ ਆਪਣਾ ਸਾਰਾ ਧਿਆਨ ਜਿਹੜਾ ਰੈਕਟੈਂਗਲ ਤੇ ਲੈ ਕੇ ਰੈਕਟੈਂਗਲ ਦੀਆਂ ਪ੍ਰੋਪਰਟੀਜ਼ ਕਿਹੜੀਆਂ ਹੁੰਦੀਆਂ ਸੀ, ਸਮਚਤੁਰਭੁਜ ਜਿਹੜੇ ਡਾਇਗਨਲ ਹੁੰਦੇ ਨਾ ਵਿਕਰਨ ਹੁੰਦੇ ਉਹ ਬਰਾਬਰ ਨਹੀਂ ਹੁੰਦੇ, ਮਤਲਬ ਕਿ ਇਹਦੇ 'ਚ ਜਿਹੜੇ ਆਹ ਡਾਇਗਨਲ ਬਣੇ ਸੀ ਨਾ ਆਪਣੇ ਕੋਲ ਏ ਸੀ ਡਾਇਗਨਲ ਨੋਟ ਇਕੁਅਲ ਟੂ ਬੀ ਡੀ, ਆਹ ਹੁੰਦਾ ਇਹ 'ਚ, ਇਹ ਬਰਾਬਰ ਨਹੀਂ ਹੁੰਦੇ, ਕਲੀਅਰ। ਪਰ ਆਇਤ ਦੇ ਵਿੱਚ ਜਿਹੜੇ ਡਾਇਗਨਲ ਹੁੰਦੇ ਆਪਣੇ ਕੋਲ ਕੀ ਹੁੰਦੇ ਆ, ਬਰਾਬਰ ਹੁੰਦੇ ਆ। ਇਹਦਾ ਮਤਲਬ ਇੱਥੋਂ ਆਪਾਂ ਇੱਕ ਏ ਨੂੰ ਸੀ ਨਾਲ ਅਤੇ ਬੀ ਨੂੰ ਡੀ ਨਾਲ ਮਿਲਾਓ, ਜਦੋਂ ਆਪਾਂ ਮਿਲਾਉਂਦੇ ਹਾਂ ਏ ਨੂੰ ਆਪਾਂ ਕੀ ਮਿਲਾਇਆ, ਸੀ ਨਾਲ ਮਿਲਾ ਕੇ ਡਾਇਰੈਕਟ ਕਰ ਲਓ, ਆਪਾਂ ਕਹਿੰਦੇ ਹਾਂ ਕਿ ਏ ਸੀ ਬਰਾਬਰ ਹੈ ਬੀ ਡੀ, ਕਿਉਂ ਕਿਹਦਾ ਕਾਰਨ ਲਿਖਣਾ ਪੜਿਆ ਇੱਥੇ, ਕਿਉਂ ਬਰਾਬਰ ਹੈ, ਆਇਤ ਦੇ ਵਿਕਰਨ ਕੀ ਹੁੰਦੇ ਆ, ਬਰਾਬਰ ਹੁੰਦੇ ਹਨ, ਕਿਉਂਕਿ ਆਇਤ ਆਪਾਂ ਆਇਤ ਦੇ ਵਿਕਰਨ ਬਣਾਇਆ ਤਾਂ ਬਰਾਬਰ ਹੋ ਗਿਆ। ਹਾਂਜੀ, ਇਹ ਸ਼ਾਰਟ ਦੇ ਵਿੱਚ ਮੈਂ ਤੁਹਾਨੂੰ ਕਲੀਅਰ ਕਰ ਦਿੰਦਾ ਸਾਰਾ ਹੀ, ਦੇਖੋ ਹੁਣ ਐਸ ਪੀ ਕੀ ਹੋਊਗੀ ਆਪਣੇ ਕੋਲ, ਪਹਿਲਾਂ ਐਸ ਪੀ ਤੋਂ ਚੱਲਦੇ ਹਾਂ, ਐਸ ਪੀ ਬਰਾਬਰ ਕਿਹਦੀ ਆਊਗੀ ਆਪਣੇ ਕੋਲ, ਕਿਹਦਾ ਹਾਫ ਹੋਊਗੀ ਬੀ ਡੀ ਦਾ, ਬੀ ਡੀ ਬਾਈ ਟੂ, ਹੋਰ ਐਸ ਕਿਊ ਹੋ ਗਈ ਇਸ ਤਰ੍ਹਾਂ ਆਰ ਕਿਊ, ਆਰ ਕਿਊ ਕਿਹਦਾ ਹਾਫ ਹੋਊਗਾ, ਬੀ ਡੀ ਦਾ ਹਾਫ ਹੋ ਗਿਆ, ਦੋਨੋਂ ਹੋ ਗਿਆ ਆਪਣੇ ਕੋਲ, ਆ ਗਿਆ ਐਸ ਪੀ ਬਰਾਬਰ ਕੀ ਆ ਗਿਆ, ਆਰ ਕਿਊ ਆ ਗਿਆ, ਇੱਥੇ ਆ ਚੁੱਕਾ ਮਿਡ ਪੈਂਟ ਪੂਰਮ, ਠੀਕ ਹੈ, ਇੱਥੇ ਵੱਧ ਬਿੰਦੂ ਸੀਗਾ, ਵੱਧ ਬਿੰਦੂ ਸੂਰਮ, ਦੂਸਰੀ ਸਾਈਡ ਤੋਂ ਫਿਰ ਆ ਉਹਦਾ ਡਾਇਗਨਲ ਲੈ ਲਓ ਆਪਣੇ ਕੋਲ, ਪੀ ਕਿਊ ਕਿਹਦੇ ਬਰਾਬਰ ਆ ਗਿਆ, ਕਿਹਨੂੰ ਲੱਗ ਲਈ ਮਤਲਬ ਕਿ ਇਸੇ ਤਰ੍ਹਾਂ ਇੱਥੇ ਆਪਾਂ ਲਿਖਿਆ ਇਸੇ ਤਰ੍ਹਾਂ, ਪੀ ਕਿਊ ਜਿਹੜਾ ਆ ਉਹ ਕਿਹਦੇ ਬਰਾਬਰ ਆ ਗਿਆ, ਏ ਸੀ ਦਾ ਦੋ, ਤੇ ਨੈਨ ਦੂਸਰੀ ਸਾਈਡ ਤੋਂ ਐਸ ਆਰ, ਐਸ ਆਰ ਵੀ ਆ ਗਈ ਏ ਸੀ ਵਟਾ ਦੋ, ਠੀਕ ਹੈ। ਹੁਣ ਤੁਸੀਂ ਇਹਨੂੰ ਕੀ ਮੰਨ ਲਓ, ਇੱਕ ਨੰਬਰ ਮੰਨ ਲਓ, ਇਹਨੂੰ ਦੋ ਮੰਨ ਲਓ, ਇਹਨੂੰ ਮੰਨ ਲਓ ਤਿੰਨ, ਤੇ ਆਪਣੇ ਕੋਲ ਇੱਧਰ ਆ ਗਿਆ ਆਪਣੇ ਕੋਲ ਪੀ ਕਿਊ ਬਰਾਬਰ ਆ ਗਿਆ ਐਸ ਆਰ, ਇਹ ਆ ਗਿਆ ਨਾ ਆਪਣੇ ਕੋਲ, ਇਹਨੂੰ ਮੰਨ ਲਓ, ਠੀਕ ਹੈ। ਹੁਣ ਇੱਥੇ ਆਪਾਂ ਇੱਕ ਚੀਜ਼ ਹੋਰ ਲਿਖੀ ਗਈ ਆ, ਆਹ ਵਾਲੀ ਚੀਜ਼ ਜਿਹੜੀ ਇਹਨੂੰ ਤੁਸੀਂ ਮੰਨ ਲਓ ਸਟਾਰ ਮੰਨ ਲਿਆ, ਠੀਕ ਹੈ, ਸਟਾਰ ਜਿਹਾ ਬਣਾ ਦਿੱਤਾ ਆਪਾਂ, ਇਹਨੂੰ ਮੰਨ ਲਿਆ ਸਟਾਰ, ਇੱਥੇ ਕੀ ਆਪਾਂ ਲਿਖਿਆ ਏ ਸੀ ਬਰਾਬਰ ਬੀ ਡੀ, ਇੱਥੇ ਕੀ ਆ ਬੀ ਡੀ ਇੱਕ ਨੰਬਰ, ਇੱਥੇ ਕੀ ਆ ਏ ਸੀ ਤਿੰਨ ਨੰਬਰ, ਆਪਾਂ ਲਿਖਦੇ ਹਾਂ ਸਟਾਰ ਇੱਕ ਅਤੇ ਤਿੰਨ ਦੋ, ਹੁਣ ਇਹਦੇ ਵਿੱਚ ਕੀ ਆਪਣੇ ਕੋਲ ਆਹ ਵੈਸੇ ਲਿਖਿਆ ਗਿਆ, ਠੀਕ ਹੈ, ਪਰ ਇਹਨਾਂ ਤੋਂ ਕੀ ਆਉਂਦਾ ਕਿਹੜੀ ਏ ਸੀ ਬਰਾਬਰ ਬੀ ਡੀ ਦੇ ਆ, ਹੁਣ ਮੈਂ ਇੱਥੇ ਇਹਨੂੰ ਕੀ ਕਰਨ ਲੱਗਾ ਚੇਂਜ, ਮੈਂ ਲਿਖਿਆ ਆਰ ਕਿਊ ਬਰਾਬਰ ਬੀ ਡੀ ਵਟਾ ਦੋ ਬਰਾਬਰ ਤਿੰਨ, ਐਸ ਆਰ ਬਰਾਬਰ ਏ ਸੀ ਵਟਾ ਦੋ, ਲਿਖਤਾ ਇੱਥੇ ਲਿਖਦਾ ਏ ਸੀ ਬਰਾਬਰ ਬੀ ਡੀ ਆ, ਠੀਕ ਹੈ, ਇੱਥੇ ਹੈਗਾ ਆਰ ਕਿਊ ਬਰਾਬਰ ਆ ਗਿਆ ਆਪਣੇ ਕੋਲ ਏ ਸੀ ਵਟਾ ਦੋ ਬਰਾਬਰ ਐਸ ਆਰ ਬਰਾਬਰ ਏ ਸੀ ਵਟਾ ਦੋ, ਹੁਣ ਬੀ ਡੀ ਦੇ ਆ ਤਾਂ ਏ ਸੀ ਲਿਖ ਸਕਦੇ ਆਪਣਾ, ਕਿਉਂਕਿ ਬੀ ਡੀ ਦੀ ਏ ਸੀ ਕੀ ਆ ਦੋਵੇਂ ਬਰਾਬਰ, ਬੀ ਡੀ ਦੀ ਜਗ੍ਹਾ ਤੇ ਏ ਸੀ ਲਿਖ ਸਕਦੇ, ਏ ਸੀ ਦੀ ਜਗ੍ਹਾ ਤੇ ਬੀ ਡੀ ਲਿਖ ਸਕਦੇ ਆ, ਹੁਣ ਆਰ ਕਿਊ ਬਰਾਬਰ ਕਹਿੰਦੇ ਏ ਸੀ ਵਟਾ ਦੋ, ਆਰ ਸੀ ਕਿਊ ਏ ਸੀ ਵਟਾ ਦੋ, ਐਸ ਆਰ ਕੀ ਆ ਉਹ ਤਾਂ ਪਹਿਲਾਂ ਹੀ ਏ ਸੀ ਵਟਾ ਦੋ ਆ, ਹੁਣ ਇਹ ਇੱਥੇ ਪਈ ਆਰ ਕਿਊ, ਇੱਧਰ ਕੀ ਪਿਆ ਐਸ ਆਰ, ਆਰ ਕਿਊ ਤੇ ਐਸ ਆਰ ਬਰਾਬਰ ਹੋਵੇ, ਇਸ ਲਈ ਆਰ ਕਿਊ ਬਰਾਬਰ ਹੋ ਗਿਆ ਐਸ ਆਰ, ਹੋ ਗਿਆ ਬਰਾਬਰ, ਇਸ ਤੋਂ ਬਾਅਦ ਆਰ ਕਿਊ ਕਿਹਦੇ ਬਰਾਬਰ ਆ, ਐਸ ਪੀ ਦੇ, ਇਸ ਲਈ ਆਰ ਕਿਊ ਬਰਾਬਰ ਹੈ ਐਸ ਪੀ ਦੇ ਬਰਾਬਰ ਐਸ ਆਰ, ਐਸ ਆਰ ਕਿਹਦੇ ਬਰਾਬਰ ਆ, ਪੀ ਕਿਊ ਦੇ, ਪੀ ਕਿਊ ਦੇ ਬਰਾਬਰ ਪੀ ਕਿਊ, ਚਾਰੇ ਸੀ ਉਹ ਬਰਾਬਰ ਹੋ ਗਈਆਂ, ਰੋਬਸ ਜਿਹੜਾ ਹੁੰਦਾ ਹੈ ਜਿਹੜੀ ਸਮਚਤੁਰਭੁਜ ਹੁੰਦੀ ਹੈ ਉਹਦੀਆਂ ਚਾਰੇ ਧਿਆਵਾਂ ਬਰਾਬਰ ਹੁੰਦੀਆਂ, ਇਸ ਲਈ ਪੀ ਕਿਊ ਆਰ ਐਸ ਇੱਕ ਸਮ ਚਤੁਰਭੁਜ ਹੈ, ਕਲੀਅਰ, ਸਿਰਫ ਤੁਸੀਂ ਧਿਆਨ ਦੇਣਾ ਮਿਡ ਪੈਂਟ ਸੂਰਮ ਤੇ, ਜਦੋਂ ਵੀ ਇਸ ਤਰ੍ਹਾਂ ਚੀਜ਼ ਆਉਂਦੀ ਉਹਦੇ ਵਿੱਚ ਕਦੋਂ ਬਣਨੀ ਹੈ, ਜਦੋਂ ਇੱਕ ਚਤੁਰਭੁਜ ਬਾਹਰ ਬਣੀ ਹੈ ਇੱਕ ਚਤੁਰਭੁਜ ਉਹਦੇ
ਅੰਦਰ ਬਣੀ ਆ ਉਦੋਂ ਤੁਸੀਂ ਸਮ ਚੰਦਰ ਕੁਝ ਤੇ ਹੀ ਧਿਆਨ ਦੇਣਾ ਹਮੇਸ਼ਾ ਡਾਇਗਨਲ ਬਣਾ ਕੇ ਆਪਾਂ ਤ੍ਰੈ ਕੁਝ ਲੈਣੀ ਆ ਆਹ ਜਿੱਦਾਂ ਮੈਂ ਚੀਜ਼ ਲਿਖੀ ਨਾ ਇਹ ਪਹਿਲਾਂ ਇਹ ਕਿਹੜੀ ਤ੍ਰੈ ਕੁਝ ਆਉਂਦਾ ਪਿਆ ਏ ਸੀ ਡੀ ਪਹਿਲਾਂ ਕਿਹੜਾ ਤ੍ਰੈ ਕੁਝ ਏ ਸੀ ਡੀ ਦੇ ਵਿੱਚ ਉਹਦੇ ਵਿੱਚ ਕੰਮ ਕੀਤਾ ਆਪਾਂ ਸਾਰਾ ਫਿਰ ਆਪਾਂ ਆਹ ਜਿਹੜਾ ਕੰਮ ਕੀਤਾ ਇਹ ਆਪਾਂ ਕਿਹ ਚ ਕੀਤਾ ਤ੍ਰੈ ਕੁਝ ਏ ਬੀ ਸੀ ਦੇ ਵਿੱਚ ਇਹ ਚੀਜ਼ ਲਿਖ ਕੇ ਬਸ ਉਹੀ ਐਡ ਕਰ ਲਾ ਬਾਕੀ ਤੇ ਕੁਐਸਚਨ ਜਿਹੜਾ ਸੋਲਵ ਹੀ ਹੋਇਆ।